ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੌਂਕ ਮਹਿਤਾ ਵਿਖੇ ਮੌਜੂਦ ਆ, ਜਿੱਥੇ ਅੱਜ ਸਵੇਰ ਤੋਂ ਹੀ ਦੋ ਨੌਜਵਾਨਾਂ ਦੇ ਵੱਲੋਂ ਹਥਿਆਰਬੰਦ ਨੌਜਵਾਨ ਜਿਹੜੇ ਨੇ ਉਹ ਗੁਜ਼ਰਦੇ ਨੇ ਤਾਂ ਉਹਨਾਂ ਦੇ ਵੱਲੋਂ ਰਿਵਾਲਵਰ ਦੇ ਨਾਲ ਫਾਇਰ ਕੀਤੇ ਜਾਂਦੇ ਨੇ। ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਇਸ ਵਕਤ ਅਸੀਂ ਮਾਸਟਰ ਪੇਪਰ ਐਂਡ ਸਟੇਸ਼ਨਰਜ਼ ਦੀ ਦੁਕਾਨ ਦੇ ਬਾਹਰ ਖੜੇ ਹਾਂ ਔਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਦੋ ਨੌਜਵਾਨਾਂ ਦੇ ਵੱਲੋਂ ਤਿੰਨ ਫਾਇਰ ਕੀਤੇ ਜਾਂਦੇ ਨੇ ਔਰ ਬਾਹਰਲਾ ਜਿਹੜਾ ਸ਼ੀਸ਼ਾ ਹੈ ਉਸ ਦੇ ਵਿੱਚ ਸਿੱਧੀਆਂ ਇਹ ਗੋਲੀਆਂ ਲੱਗਦੀਆਂ ਨੇ। ਤਾਂ ਬਿਲਕੁਲ ਉਹ ਸ਼ੀਸ਼ਾ ਜਿਹੜਾ ਹੈ ਦੁਕਾਨ ਦੇ ਬਾਹਰ ਲੱਗਾ ਗਲਾਸ ਉਹ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋਇਆ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਤਾਂ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਇਹਨਾਂ ਲੋਕਾਂ ਦੇ ਵੱਲੋਂ ਦੇ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਕੁਝ ਵੀ ਘਟਨਾ ਜਿਹੜੀ ਹੈ ਹੋਰ ਵੀ ਵਾਪਰ ਸਕਦੀ ਸੀ ਔਰ ਇਹ ਕੌਣ ਨੌਜਵਾਨ ਸਨ ਔਰ ਕੀ ਇਹਨਾਂ ਦੀ ਜਿਹੜੀ ਰੰਜਿਸ਼ ਇਸ ਦੁਕਾਨਦਾਰ ਦੇ ਨਾਲ ਸੀਗੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ? ਜਗਦੀਪ ਸਿੰਘ। ਤੇ ਕੀ ਘਟਨਾ ਵਾਪਰੀ ਹੈ ਜੀ? ਇਹ ਰਾਤੀ ਮੇਰੇ ਕੋਲ ਕਸਟਮਰ ਆਇਆ ਕੋਈ ਜੀ, ਉਹਨੇ ਕੁਝ ਮੇਰੇ ਤੋਂ ਸਮਾਨ ਲਿਆ, ਰਾਤੀ 10:30 ਵਜੇ ਮੈਨੂੰ ਫੋਨ ਘਰ ਜਾ ਕੇ ਕਾਲ ਕਰਨ ਡਿਆ ਵੀ ਤੁਹਾਡੇ ਇਸ ਸਮਾਨ ਚ ਕੰਪਲੇਂਟ ਆ, ਧਿਆਨ ਕੇ ਚੈੱਕ ਕਰੋ। ਤੇ ਮੈਂ ਵੀ ਅਸੀਂ ਏਡੇ ਵਿਹਲੇ ਧਿਆਨ ਨੀ ਵੀ ਹੁਣ ਸਾਰੀ ਤੁਹਾਡੀ ਕੰਮ ਕਰਦੇ ਲੋਕਾਂ ਦੀ ਕੰਪਲੇਂਟ ਘਰ ਘਰ ਜਾ ਕੇ ਥੋੜੀ ਵੇਖਾਂਗੇ, ਮੈਂ ਵੀ ਕੰਪਲੇਂਟ ਆ ਵੀਰੇ ਤੂੰ ਪਾ ਦੇ ਤੇਰੇ ਉਹਦਾ ਮਸਲਾ ਹੱਲ ਕਰ ਦਿੱਤਾ ਜਾਊਗਾ। ਨਹੀਂ ਜੀ ਤੁਸੀਂ ਹੁਣੇ ਆਓ, ਮੈਂ ਨਹੀਂ ਆ ਸਕਦਾ। ਸਰ ਕੀ ਕੰਪਲੇਂਟ ਕੀ ਤੇ ਕੀ ਸਮਾਨ ਲੈ ਕੇ ਗਏ? ਕੋਈ ਉਹ ਮੇਰੇ ਘਰ ਫੰਕਸ਼ਨ ਸੀ, ਸਾਡੇ ਕੋਲ ਦੀਵਾਲੀ ਉਹ ਤਾਂ ਪਟਾਕੇ ਦਾ ਸਮਾਨ ਲੈ ਕੇ ਗਏ। ਅੱਛਾ। ਕੋਈ ਕੋਈ ਹਵਾਈਆਂ ਹੋਣਗੀਆਂ, ਕੋਈ ਸ਼ੋਰਟ ਸੀ ਲੋਕ। ਓਕੇ। ਉਹਨਾਂ ਨੇ ਵੀਡੀਓ ਭੇਜਿਆ, ਮੈਂ ਦੱਸਿਆ ਵੀਡੀਓ 'ਚ ਮੈਂ ਕੋਈ ਪ੍ਰੋਬਲਮ ਨਹੀਂ, ਓਕੇ ਸਾਰਾ ਕੁਝ, ਤੁਹਾਡੇ ਬੰਦੇ ਦੀ ਗਲਤੀ ਹੈ, ਉਹਨੇ ਪੈਰ ਮਾਰਿਆ ਵਿੱਚ। ਨਹੀਂ ਜੀ ਤੁਸੀਂ ਹੁਣੇ ਹਟ ਕਰੋ, ਮੈਂ ਨਹੀਂ ਆ ਸਕਦਾ, ਫਿਰ ਵੇਖਾਂਗੇ। ਫਿਰ ਸਵੇਰ ਦੇ ਟਾਈਮ 'ਚ ਕੀ ਹੋਇਆ? ਫਿਰ ਸਵੇਰੇ ਮੈਂ ਦੁਕਾਨ ਖੋਲੀ ਆ, ਉਹ ਸਮਾਨ ਆਇਆ ਸੀ, ਮੈਂ ਅੰਦਰ ਰੱਖਿਆ ਵਾ, ਅੰਦਰ ਰੱਖ ਕੇ ਮੈਂ ਇੱਥੇ ਬੈਠਾ ਵਾਂ ਅਤੇ ਬਾਹਰੋਂ ਗੋਲੀ ਚੱਲਣ ਦੀ ਆਵਾਜ਼ ਆਈ ਆ, ਅਤੇ ਜਦੋਂ ਮੈਂ ਭੱਜ ਕੇ ਬਾਹਰ ਨਿਕਲਿਆ ਉਦੋਂ ਭੱਜ ਗਏ ਸੀ ਅਤੇ ਆਹ ਸ਼ੀਸ਼ੇ 'ਚ ਗੋਲੀਆਂ ਵੱਜੀਆਂ ਤੋਂ। ਕਿੰਨੇ ਬੰਦੇ ਆਏ ਸੀਗੇ ਜੀ ਅਤੇ ਕਿਹੜੀ ਚੀਜ਼ 'ਤੇ ਆਏ ਆ? ਦੋ ਬੰਦੇ ਸੀ ਮੋਟਰਸਾਈਕਲ ਦੇ। ਉਹਨਾਂ ਨੇ ਰਿਵਾਲਵਰ ਦੇ ਨਾਲ ਫਾਇਰ ਕੀਤੇ ਆ? ਪਿਸਟਲ ਸੀ ਉਹਨਾਂ ਕੋਲ, ਉਹਦੇ ਜਿਹੜੇ ਆ ਖੋਲ ਵਿੱਚ ਬਾਹਰ ਡਿੱਗੇ, ਤਿੰਨ ਖੋਲ ਬਾਹਰੋਂ ਮਿਲੇ ਆ। ਪੁਲਿਸ ਪਹੁੰਚੀ ਹੈ ਮੌਕੇ ਦੇ ਉੱਤੇ? ਹਾਂ ਪੁਲਿਸ ਟਾਈਮ ਆ ਗਈ। ਕੀ ਕਹਿ ਰਹੀ ਆ ਪੁਲਿਸ? ਕਹਿੰਦੇ ਆ ਕਾਰਵਾਈ ਕਰਾਂਗੇ, ਹੁਣ ਗਾੜੀ ਵੇਖੋ ਕੀ ਕਰਦੇ। ਬੰਦਿਆਂ ਦੀ ਸ਼ਨਾਖਤ ਹੋ ਗਈ ਆ? ਬੰਦੇ ਸਨਾਤ ਹੋ ਗਈ, ਨੰਬਰ ਮੇਰੇ ਕੋਲ ਹੈਗੇ, ਜਿਹਨਾਂ ਨੰਬਰ ਮੈਨੂੰ ਰਾਤੀ ਉਹਨਾਂ ਦੀ ਕਾਲ ਆਈ ਆ, ਨੰਬਰ ਤੇ ਉਹੀ ਉਹ ਬੰਦੇ ਹੋ ਸਕਦੇ, ਹੋਰ ਤੇ ਮੇਰੀ ਕਹਿੰਦਾ ਰੰਜਿਸ਼ ਨਹੀਂ ਹੈਗੀ। ਤੁਹਾਨੂੰ ਧਮਕੀ ਵਗੈਰਾ ਦਿੱਤੀ ਉਹਨਾਂ ਨੇ? ਧਮਕੀ ਕੋਈ ਨਹੀਂ ਦਿੱਤੀ। ਨਾ ਕੀ ਤੁਹਾਡੀ ਡਿਮਾਂਡ ਕੀ ਹੁਣ, ਕੀ ਮੰਗ ਕਰਦੇ ਹੋ? ਮੰਗ ਕਰਦੇ ਉਹਨਾਂ ਦੇ ਜੋ ਬਣਦੀ ਕਾਰਵਾਈ ਕਰੋ, ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਇਹਦੇ ਨਾਲ ਅੰਦਰ ਵੀ ਕੋਈ ਨੁਕਸਾਨ, ਤੁਸੀਂ ਅੰਦਰ ਸੀਗੇ ਜਦੋਂ ਇਹ ਗੋਲੀਆਂ ਵੱਜੀਆਂ ਨੇ? ਮੈਂ ਅੰਦਰ ਸੀ। ਤੁਹਾਨੂੰ ਵੀ ਗੋਲੀ ਲੱਗ ਸਕਦੀ ਸੀ? ਅੰਦਰ ਲੱਗ ਸਕਦੀ, ਬਿਲਕੁਲ ਲੱਗ ਸਕਦੀ। ਕਿਸਮਤ ਮੇਰੀ ਚੰਗੀ ਵੀ ਗੋਲੀ ਜਿਹੜੀ ਕਾਊਂਟਰ 'ਚ ਵੱਜੀ, ਸ਼ੀਸ਼ਾ ਲੰਘ ਕੇ ਕਾਊਂਟਰ 'ਚ ਵੱਜੀ ਆ, ਜੇ ਮੈਂ ਥੋੜ੍ਹੀ ਜਿਹੀ ਗੋਲੀ ਹਟ ਕੇ ਵੱਜੀ ਫਿਰ ਮੈਂ ਉੱਥੇ ਬੈਠਿਆ, ਮੈਨੂੰ ਹੱਥ ਹੀ ਹਿੱਟ ਕਰ ਸਕਦੀ ਸੀ। ਕੋਈ ਸੀਸੀਟੀਵੀ ਦੇ ਵਿੱਚ ਫੁਟੇਜ ਵੀ ਹੈਗੀ, ਕੈਮਰੇ ਲੱਗੇ ਤੁਹਾਡੇ? ਹੈਗੇ ਹੈਗੇ ਆ। ਹਾਂ ਬਿਲਕੁਲ, ਸੀਸੀਟੀਵੀ 'ਚ ਆ ਰਹੇ ਬੰਦੇ? ਹਾਂ ਆ ਰਹੇ। ਤਾਂ ਬਿਲਕੁਲ ਇੱਕ ਵਾਰੀ ਤਸਵੀਰ ਤੁਹਾਨੂੰ ਵਿਖਾ ਦਿੰਦੇ ਹਾਂ, ਇੱਧਰ ਦੀ ਸਾਈਡ ਦੇ ਉੱਪਰ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸ਼ੀਸ਼ਾ ਹੈ ਉਹ ਬਿਲਕੁਲ ਟੁੱਟ ਚੁੱਕਾ ਹੈ ਔਰ ਜਿਹੜੇ ਇਸ ਸ਼ੀਸ਼ੇ ਨੂੰ ਸਾਂਭਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਮਕੈਨਿਕ ਵੀ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ, ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਇਹ ਪੂਰੇ ਦਾ ਪੂਰਾ ਮਾਮਲਾ ਜਿਹੜਾ ਉਸਨੂੰ ਸਾਂਭਿਆ ਜਾ ਰਿਹਾ। ਤਾਂ ਹੋਰ ਵੀ ਲੋਕ, ਸਰ ਕੀ ਅੱਜ ਇੱਥੇ ਵਾਰਦਾਤ ਹੋਈ ਆ ਜੀ, ਕੀ ਸਾਰਾ ਇੱਥੇ ਘਟਨਾਕ੍ਰਮ ਹੋਇਆ ਜੀ? ਸਵੇਰੇ ਜਦੋਂ ਇਹ ਦੁਕਾਨ ਤੇ ਆਏ ਆ 8:30 ਵਜੇ, ਬਾਹਰੋਂ ਦੋ ਆਏ ਆ ਨੌਜਵਾਨ ਮੋਟਰਸਾਈਕਲ ਤੇ, ਇੱਕ ਡਰਾਈਵ ਕਰ ਰਿਹਾ, ਦੂਸਰੇ ਨੇ ਦੁਕਾਨ ਵੱਲ ਨੂੰ ਫਾਇਰਿੰਗ ਕੀਤੀ ਆ, ਮੂੰਹ ਬੰਨੇ ਸੀਗੇ, ਮੂੰਹ ਸਿਰ ਬੰਨਿਆ ਹੋਇਆ। ਇਹ ਆ ਵੀ ਇਹ ਥੋੜਾ ਲਾਂਭੇ ਸੀਗੇ, ਕਾਊਂਟਰ ਵੱਲ ਨੂੰ ਗੋਲੀ ਵੱਜੀ, ਥੋੜੀ ਜਿਹੀ ਹੋਰ ਵੱਜਦੀ ਤੇ ਇਹਦੀ ਮਤਲਬ ਉਹਨਾਂ ਮਾਰਨ ਦੀ ਨੀਤ ਦੇ ਨਾਲ ਹੀ ਆ ਕੇ ਤੇ ਫਾਇਰਿੰਗ ਕੀਤੀ ਆ। ਪੁਲਿਸ ਪਹੁੰਚੀ ਹੈ ਜੀ ਇੱਥੇ, ਕੋਈ ਕਰ ਰਹੀ ਹੈ? ਤੁਸੀਂ ਸੁਣੇ SHO ਹੋ ਕੇ ਗਿਆ, ਪਹਿਲਾਂ ਉਹ ਆਪ ਬਾਹਰ ਸੀ ਕਿਤੇ ਤੇ ਹੁਣੇ ਥੋੜੀ ਦੇਰ ਬਾਅਦ ਉਹ ਮੌਕਾ ਦੇਖ ਕੇ ਤੇ ਬਿਆਨ ਸਾਰਾ ਕੁਛ ਕਰਕੇ ਤੇ ਉਹਨਾਂ ਨੂੰ ਜਦੋਂ ਦੱਸਿਆ ਕਿ ਅੱਡੇ ਦੇ ਵਿੱਚ ਨਿੱਤ ਦਿਹਾੜੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨਾ ਹੋਣ
ਇਹੋ ਜਿਹੀ ਮਿਸਾਲ ਬਣਾ ਦਿਓ ਵੀ ਜਿਹੜਾ ਦੁਬਾਰਾ ਕੋਈ ਇਸ ਕਸਬੇ 'ਚ ਅੱਡੇ 'ਚ ਆ ਕੇ ਕੋਈ ਇੱਦਾਂ ਦੀ ਵਾਰਦਾਤ ਨਾ ਕੋਈ ਕਰ ਸਕੇ, ਉਹਨਾਂ ਵਿਸ਼ਵਾਸ ਦਵਾਇਆ ਵੀ ਅਸੀਂ ਕਾਰਵਾਈ ਕਰਦੇ ਹਾਂ। ਤਾਂ ਬਿਲਕੁਲ ਇਹ ਤਸਵੀਰ ਜਿਹੜੀ ਦੁਕਾਨ ਦੇ ਅੰਦਰ ਦੀ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਇਹ ਸਟੇਸ਼ਨਰੀ ਦੀ ਜਿਹੜੀ ਉਹ ਸ਼ੌਪ ਹੈ, ਤਾਂ ਕਾਪੀਆਂ ਕਿਤਾਬਾਂ ਦਾ ਪੂਰਾ ਜਿਹੜਾ ਕੰਮ ਇਸ ਦੁਕਾਨ ਦੇ ਅੰਦਰ ਹੁੰਦਾ ਹੈ। ਤਾਂ ਦੁਕਾਨਦਾਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਰਾਤੀ ਕੱਲ ਕਿਸੇ ਵਿਅਕਤੀ ਨੂੰ ਜਿਹੜਾ ਕੋਈ ਸਮਾਨ ਵੇਚਿਆ ਸੀਗਾ ਔਰ ਉਸ ਵਿਅਕਤੀ ਦੇ ਵੱਲੋਂ ਉਸ ਸਮਾਨ ਦੇ ਇਮੇਜ ਦੇ ਵਿੱਚ ਜਿਹੜਾ ਦੁਕਾਨਦਾਰ ਨੂੰ ਕੋਈ ਉਲਾਂਭਾ ਵਗੈਰਾ ਦਿੱਤਾ ਗਿਆ, ਤਾਂ ਉਸ ਦੀਆਂ ਫੋਨ ਕਾਲਜ ਵੀ ਇਹਨਾਂ ਦੇ ਕੋਲ ਮੌਜੂਦ ਨੇ ਔਰ ਇਸ ਸਾਰੇ ਘਟਨਾਕ੍ਰਮ ਦੀ ਜਦੋਂ ਹਮਲਾਵਰ ਜਿਹੜੇ ਇੱਥੇ ਆਣ ਕੇ ਗੋਲੀ ਚਲਾਉਂਦੇ ਨੇ ਤਾਂ ਉਹਨਾਂ ਦੀ ਸੀਸੀਟੀਵੀ ਵੀਡੀਓ ਵੀ ਇੱਥੇ ਮੌਜੂਦ ਹੈ। ਤਾਂ ਅੱਜ ਉਸ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਕੇ ਤਫਤੀਸ਼ ਜਿਹੜੀ ਆਪਣੀ ਉਹ ਕਰ ਰਹੀ ਹੈ। ਤਾਂ ਦੁਕਾਨਦਾਰ ਦੇ ਵੱਲੋਂ ਇਸ ਚੀਜ਼ ਦੀ ਮੰਗ ਕੀਤੀ ਗਈ ਹੈ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਵੱਡੀ ਤੋਂ ਵੱਡੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਵਿੱਚ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਨੱਥ ਪੈ ਸਕੇ। ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ।